ਸੰਗਰੂਰ ਦੇ ਇੱਕ ਪਿੰਡ ਨੇ ਇੱਕ ਨਵੀਂ ਪਿਰਤ ਪਾਈ ਹੈ। ਨਵੇਂ ਸਾਲ ਤੋਂ ਦੁਕਾਨਾਂ ਤੇ ਤੰਬਾਕੂ ਦੀ ਵਿਕਰੀ ਤੇ ਪੂਰੀ ਤਰ੍ਹਾਂ ਨਾਲ ਰੋਕ ਲਾ ਦਿੱਤੀ ਹੈ। ਪਿੰਡ ਦੀ ਪੰਚਾਇਤ ਦੇ ਇਸ ਫੈਸਲੇ ਦੀ SGPC ਨੇ ਸ਼ਲਾਘਾ ਕੀਤੀ ਹੈ ਤੇ ਪੰਜਾਬ ਦੇ ਬਾਕੀ ਪਿੰਡਾਂ ਨੂੰ ਵੀ ਅਜਿਹੀ ਪਹਿਲ ਕਰਨ ਦੀ ਅਪੀਲ ਕੀਤੀ ਹੈ। ਸੰਗਰੂਰ ਦੇ ਸੁਨਾਮ ਅਧੀਨ ਆਉਣ ਵਾਲੇ ਪਿੰਡ ਝਾੜੋਂ ਦੇ ਨੌਜਵਾਨ ਸਪੋਰਟਸ ਐਂਡ ਵੈਲਫੇਅਰ ਕਲੱਬ ਅਤੇ ਗ੍ਰਾਮ ਪੰਚਾਇਤ ਨੇ ਮਿਲ ਕੇ ਇਹ ਫੈਸਲਾ ਲਾਗੂ ਕੀਤਾ। ਇਸ ਮੁਤਾਬਿਕ 1 ਜਨਵਰੀ 2023 ਤੋਂ ਪਿੰਡ ਦੀਆਂ ਦੁਕਾਨਾਂ 'ਤੇ ਤੰਬਾਕੂ, ਬੀੜੀ, ਸਿਗਰਟ, ਜਰਦੇ ਵਰਗਾ ਸਮਾਨ ਨਹੀਂ ਵਿਕੇਗਾ। ਫੜੇ ਗਏ ਤਾਂ 7 ਦਿਨ ਦੁਕਾਨ ਬੰਦ ਰਹੇਗੀ, 5,000 ਤੱਕ ਦਾ ਜੁਰਮਾਨਾ ਹੋਵੇਗਾ। ਗ੍ਰਾਮ ਪੰਚਾਇਤ ਨੇ ਇਹ ਵੀ ਸਾਫ਼ ਕਰ ਦਿੱਤਾ ਕਿ ਸਿਰਫ ਵੇਚਣ 'ਤੇ ਹੀ ਪਾਬੰਦੀ ਨਹੀਂ ਹੈ, ਇਸ ਨੂੰ ਵਰਤਣ ਵਾਲਿਆਂ 'ਤੇ ਵੀ ਕਾਰਵਾਈ ਹੋਵੇਗੀ। ਜੇ ਕੋਈ ਪਿੰਡ ਦੀਆਂ ਸੱਥਾਂ, ਬੱਸ ਸਟੈਂਡ, ਸਕੂਲ ਜਾਂ ਫਿਰ ਜਨਤਕ ਥਾਵਾਂ 'ਤੇ ਸਿਗਰਟ, ਬੀੜੀ ਪੀਂਦਾ ਫੜਿਆ ਗਿਆ, ਜਰਦਾ ਲਾਉਂਦਾ ਫੜਿਆ ਗਿਆ ਤਾਂ ਉਸਦੇ ਖਿਲਾਫ਼ ਕਾਨੂੰਨੀ ਕਾਰਵਾਈ ਕਰਵਾਈ ਜਾਵੇਗੀ। ਚੰਡੀਗੜ੍ਹ ਦੇ ਨਾਲ ਲੱਗਦੇ ਸ਼ਹਿਰ ਡੇਰਾ ਬੱਸੀ ਦੇ ਰਾਮਲੀਲਾ ਮੈਦਾਨ ਦੇ ਵਿੱਚ ਇੱਕ ਦਸਤਾਰਧਾਰੀ ਸਿੱਖ ਨੌਜਵਾਨ ਦੇ ਨਾਲ ਕੁੱਟਮਾਰ ਕਰਨ ਅਤੇ ਉਸਦੀ ਦਸਤਾਰ ਦੀ ਬੇਅਦਬੀ ਕਰਨ ਦੇ ਦੋਸ਼ਾਂ ਹੇਠ ਪੁਲਿਸ ਨੇ 4 ਜਣਿਆਂ ਖਿਲਾਫ਼ ਕੇਸ ਦਰਜ ਕੀਤਾ ਹੈ। ਇਹਨਾਂ ਦੇ ਖਿਲਾਫ਼ ਧਾਰਾ 506, 323, 341 ਅਤੇ 295 ਏ ਦੇ ਤਹਿਤ ਕਾਰਵਾਈ ਹੋਈ ਹੈ। ਹਾਲਾਂਕਿ ਇਹਨਾਂ ਦੇ ਵਿੱਚੋਂ ਸਿਰਫ 2 ਜਣੇ ਹੀ ਪੁਲਿਸ ਨੇ ਕਾਬੂ ਕੀਤੇ ਨੇ। ਜਾਣਕਾਰੀ ਮੁਤਾਬਿਕ ਪੀੜਤ ਸਿੱਖ ਨੌਜਵਾਨ ਡੇਰਾ ਬੱਸੀ ਦੀ ਲਾਈਫ ਕੇਅਰ ਲੈਬੋਰਟਰੀ ਦੇ ਵਿੱਚ ਸੈਂਪਲ ਇਕੱਠੇ ਕਰਨ ਦਾ ਕੰਮ ਕਰਦਾ ਹੈ। 2 ਦਿਨ ਪਹਿਲਾਂ ਜਦੋਂ ਇੱਥੇ ਰਾਮਲੀਲਾ ਮੈਦਾਨ ਦੇ ਵਿੱਚ ਸਥਿਤ ਲੈਬੋਰਟਰੀ ਦੇ ਵਿੱਚ ਆਇਆ ਅਤੇ ਕਾਰ ਕੱਢ ਕੇ ਬਾਹਰ ਆਉਣ ਲੱਗਿਆ ਤਾਂ ਅੱਗੇ ਵਾਲੀ ਕਾਰ ਵਿੱਚ ਸਵਾਰ 4 ਨੌਜਵਾਨਾਂ ਨੇ ਉਸਨੂੰ ਰਾਹ ਨਹੀਂ ਦਿੱਤਾ ਅਤੇ ਇਸੇ ਦਰਮਿਆਨ ਇਹ ਸਾਰੇ ਨੌਜਵਾਨ ਪੀੜਤ ਨੌਜਵਾਨ ਦੇ ਨਾਲ ਖੈਬੜ ਪਏ। 4 ਨੇ ਰਲ ਕੇ ਉਸਨੂੰ ਕੁੱਟਿਆ ਵੀ, ਦਸਤਾਰ ਵੀ ਲਾਹੀ ਅਤੇ ਉੱਥੋਂ ਫਰਾਰ ਹੋ ਗਏ। ਬਾਅਦ ਵਿੱਚ ਇਹਨਾਂ ਵਿੱਚੋਂ 2 ਨੌਜਵਾਨਾਂ ਨੂੰ ਪੁਲਿਸ ਨੇ ਕਾਬੂ ਕਰ ਲਿਆ, ਪਰ 2 ਹਾਲੇ ਵੀ ਫਰਾਰ ਨੇ। ਪੁਲਿਸ ਨੇ ਮੌਕੇ ਦੀ ਫੁਟੇਜ ਹਾਸਲ ਕਰਕੇ ਅੱਗੇ ਦੀ ਕਾਰਵਾਈ ਦਾ ਦਾਅਵਾ ਕੀਤਾ ਹੈ। ਸੰਯੁਕਤ ਕਿਸਾਨ ਮੋਰਚੇ ਨੇ 26 ਜਨਵਰੀ ਨੂੰ ਗਣਤੰਤਰ ਦਿਹਾੜੇ ਮੌਕੇ ਦੇਸ਼ ਭਰ ਦੀਆਂ ਵੱਖ ਵੱਖ ਥਾਵਾਂ 'ਤੇ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ। ਹਰਿਆਣਾ ਦੇ ਕਰਨਾਲ ਵਿੱਚ ਗੁਰਦੁਆਰਾ ਡੇਰਾ ਕਾਰ ਸੇਵਾ ਵਿਖੇ SKM ਦੀ ਬੈਠਕ ਦੇ ਵਿੱਚ ਇਹ ਫੈਸਲਾ ਲਿਆ ਗਿਆ ਕਿ 26 ਜਨਵਰੀ ਨੂੰ ਹੀ ਹਰਿਆਣਾ ਦੀ ਜੀਂਦ ਵਿੱਚ ਵੱਡੀ ਰੈਲੀ ਵੀ ਕੀਤੀ ਜਾਵੇਗੀ। ਇਸ ਰੈਲੀ ਵਿੱਚ ਹਰਿਆਣਾ, ਪੰਜਾਬ, UP, ਰਾਜਸਥਾਨ, ਉੱਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਤੋਂ ਕਿਸਾਨ ਪਹੁੰਚਣਗੇ। ਬਾਕੀ ਸੂਬਿਆਂ ਦੇ ਹਰੇਕ ਜ਼ਿਲ੍ਹੇ ਦੇ ਵਿੱਚ ਟਰੈਕਟਰ ਮਾਰਚ ਕੱਢੇ ਜਾਣਗੇ। ਟਰੈਕਟਰ ਮਾਰਚ ਤੋਂ ਬਾਅਦ ਕਿਸਾਨ ਜ਼ਿਲ੍ਹਾ ਪੱਧਰ 'ਤੇ DC ਨੂੰ ਮੰਗ ਪੱਤਰ ਸੌਂਪਣਗੇ ਅਤੇ ਇਸ ਮੰਗ ਪੱਤਰ ਦੇ ਵਿੱਚ ਕਿਸਾਨਾਂ ਦੀਆਂ ਲਟਕਦੀਆਂ ਮੰਗਾਂ ਦਾ ਜ਼ਿਕਰ ਕੀਤਾ ਗਿਆ ਹੈ। ਸੰਯੁਕਤ ਕਿਸਾਨ ਮੋਰਚੇ ਦੀ ਕੌਮੀ ਪੱਧਰ ਦੀ ਬੈਠਕ ਦੇ ਵਿੱਚ ਰਾਕੇਸ਼ ਟਿਕੈਤ, ਜੋਗਿੰਦਰ ਸਿੰਘ ਉਗਰਾਹਾਂ, ਡਾਕਟਰ ਦਰਸ਼ਨਪਾਲ ਸਮੇਤ ਰੁਲਦੂ ਸਿੰਘ ਮਾਨਸਾ ਅਤੇ ਹੋਰ ਕਈ ਕਿਸਾਨ ਲੀਡਰ ਸ਼ਾਮਲ ਹੋਏ। 26 ਜਨਵਰੀ ਕਿਉਂਕਿ ਇੱਕ ਮਹੱਤਵਪੂਰਨ ਦਿਨ 26 ਜਨਵਰੀ ਹੈ। 26 ਜਨਵਰੀ ਕੋ ਹੀ ਸਰਕਾਰ ਦੇ ਆੰਦੋਲਨ ਕੋ ਤੋੜਨੇ ਕੀ ਕੋਸ਼ਿਸ਼ ਕਰੀ ਤੋ ਉਸੀ 26 ਜਨਵਰੀ ਕੋ ਹਮ ਬੜੀ ਇੱਕ ਪੰਚਾਇਤ ਜਿੰਦ ਕੇ ਅੰਦਰ ਹਰਿਆਣੇ ਮੇਂ ਕਰੇਂਗੇ। ਕਈ ਸਟੇਟ ਕੇ ਲੋਕ ਯਹਾਂ ਪਰ ਆਏਂਗੇ ਔਰ ਜੋ ਲੋਕ ਯਹਾਂ ਪਰ ਨਹੀਂ ਆਏਂਗੇ ਵੇ ਆਪਣੇ ਗਾਂਵ ਮੇਂ, ਆਪਣੇ ਸ਼ਹਿਰ ਮੇਂ, ਆਪਣੇ ਤਹਿਸੀਲ ਮੇਂ ਉਸ ਮੇਂ ਔਰ ਗਿਆਪਨ ਵਹਾਂ ਪੇ ਦੇਂਗੇ ਜੋ DC ਹੋਗਾ ਔਰ ਲਖੀਮਪੁਰ ਖੀਰੀ ਪੇ ਪੂਰਾ SKM ਨਿਗਾਹ ਰੱਖੇ ਹੋਏ ਹੈ ਕਿ ਉਸਮੇਂ ਕੋਈ ਵੀ ਘਟਨਾ ਕ੍ਰਮ ਹੋਤਾ ਹੈ ਤੋ ਹਮ ਲਖੀਮਪੁਰ ਖੀਰੀ ਪੇ ਹਮ ਹਰ ਤਰ੍ਹਾਂ ਆੰਦੋਲਨ ਕੋ ਤਿਆਰ ਹੈ। ਇਹ ਹਮਾਰੀ ਸਾਰੀ ਚੀਜ਼ਾਂ ਵੀ ਤੈਅ ਹੋਈ ਹੈ। ਡੇਟ ਵੀ ਹਮ ਜੋ ਮਾਰਚ ਕੀ ਡੇਟ ਹੋਗੀ ਉਹ ਡੇਟ ਆਪਕੋ ਸਮੇਂ ਆਣੇ ਪੇ ਬਤਾ ਦੇ। 26 ਜਨਵਰੀ ਦੀ ਰੈਲੀ ਤੋਂ ਬਾਅਦ ਮਾਰਚ ਮਹੀਨੇ ਦੇ ਵਿੱਚ ਕਿਸਾਨ ਦਿੱਲੀ ਦੇ ਵਿੱਚ ਅਗਲੀ ਬੈਠਕ ਕਰਨਗੇ। ਹਾਲਾਂਕਿ ਤਰੀਕ ਦਾ ਐਲਾਨ ਨਹੀਂ ਕੀਤਾ ਗਿਆ ਹੈ। ਅੰਦੋਲਨ ਦੌਰਾਨ ਦੇਸ਼ ਭਰ ਦੇ ਵਿੱਚ ਕਿਸਾਨਾਂ ਤੇ ਜਿਹੜੇ ਮੁਕੱਦਮੇ ਦਰਜ ਹੋਏ ਸਨ, ਸਰਕਾਰ ਦਾ ਦਾਅਵਾ ਹੈ ਕਿ ਉਹ ਵਾਪਸ ਲੈ ਲਏਗੀ, ਪਰ ਕਿਸਾਨਾਂ ਦਾ ਦਾਅਵਾ ਹੈ ਕਿ ਹਾਲੇ ਵੀ ਥਾਣਿਆਂ ਦੇ ਵਿੱਚ ਕਈ ਕਿਸਾਨਾਂ ਖਿਲਾਫ਼ ਮੁਕੱਦਮੇ ਦਰਜ ਪਏ ਨੇ। ਕਿਸਾਨਾਂ ਨੇ ਮੀਟਿੰਗ ਦੇ ਵਿੱਚ MSP ਦੀ ਕਾਨੂੰਨੀ ਗਰੰਟੀ, ਲਖੀਮਪੁਰ ਖੀਰੀ ਮਾਮਲੇ ਦੇ ਵਿੱਚ ਕੇਂਦਰੀ ਮੰਤਰੀ ਨੂੰ ਹਟਾਉਣ, ਜਿਹੜਾ ਕਿ ਮੁੱਖ ਮੁਲਜ਼ਮ ਆਸ਼ੀਸ਼ ਮਿਸ਼ਰਾ ਦਾ ਪਿਓ ਹੈ, ਤੇ ਕਿਸਾਨਾਂ ਉੱਤੇ ਝੂਠੇ ਪਰਚੇ ਰੱਦ ਕਰਨ ਦੀ ਮੰਗ ਕੀਤੀ ਹੈ। ਦਿੱਲੀ ਹਾਈਕੋਰਟ ਨੇ ਬਿਨਾਂ ਫਾਸਟੈਗ ਵਾਲੇ ਵਾਹਨ ਚਾਲਕਾਂ ਤੋਂ ਦੁੱਗਣਾ ਟੋਲ ਵਸੂਲਣ ਸੰਬੰਧੀ ਨਿਯਮ ਨੂੰ ਚੁਣੌਤੀ ਦੇਣ ਦੀ ਪਟੀਸ਼ਨ ਤੇ ਸੁਣਵਾਈ ਕਰਦਿਆਂ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਅਤੇ ਕੇਂਦਰ ਤੋਂ ਜਵਾਬ ਮੰਗਿਆ। ਬੈਂਚ ਨੇ ਇਸ ਪਟੀਸ਼ਨ ਤੇ NHAI ਅਤੇ ਸੜਕੀ ਆਵਾਜਾਈ ਤੇ ਰਾਜਮਾਰਗ ਮੰਤਰਾਲੇ ਨੂੰ ਨੋਟਿਸ ਜਾਰੀ ਕੀਤਾ ਹੈ, ਜਿਸ ਵਿੱਚ ਦਲੀਲ ਦਿੱਤੀ ਗਈ ਹੈ ਕਿ ਨਿਯਮ ਪੱਖਪਾਤੀ ਹੈ, ਜਨਤਕ ਹਿੱਤਾਂ ਦੇ ਖਿਲਾਫ਼ ਹੈ, ਕਿਉਂਕਿ NHAI ਨੂੰ ਨਕਦੀ ਦੇ ਰੂਪ ਵਿੱਚ ਭੁਗਤਾਨ ਕਰਨ ਉੱਤੇ ਦੁੱਗਣਾ ਟੋਲ ਵਸੂਲਣ ਦਾ ਇਹ ਅਧਿਕਾਰ ਦਿੰਦਾ ਹੈ ਤੇ ਲੋਕਾਂ ਦੇ ਹਿੱਤਾਂ ਦੇ ਖਿਲਾਫ਼ ਹੈ। ਹਾਈਕੋਰਟ ਨੇ ਅਧਿਕਾਰੀਆਂ ਨੂੰ ਜਵਾਬ ਦਾਖਲ ਕਰਨ ਦੇ ਲਈ 4 ਮਹੀਨਿਆਂ ਦਾ ਸਮਾਂ ਦਿੱਤਾ ਹੈ। ਮਾਮਲੇ ਦੀ ਅਗਲੀ ਸੁਣਵਾਈ 18 ਅਪ੍ਰੈਲ ਤੈਅ ਕੀਤੀ ਗਈ ਹੈ। ਰਾਜਸਥਾਨ ਪਬਲਿਕ ਸਰਵਿਸ ਕਮਿਸ਼ਨ ਦੀ 2ਰੇ ਦਰਜੇ ਦੀ ਅਧਿਆਪਕ ਭਰਤੀ ਪ੍ਰੀਖਿਆ ਦਾ ਆਮ ਗਿਆਨ ਤੇ ਸਿੱਖਿਆ ਮਨੋਵਿਗਿਆਨ ਦਾ ਪੇਪਰ ਲੀਕ ਹੋ ਗਿਆ। ਸੂਚਨਾ ਦੇ ਆਧਾਰ ਤੇ ਪੁਲਿਸ ਨੇ 40 ਤੋਂ ਵੱਧ ਵਿਅਕਤੀਆਂ ਨੂੰ ਬੱਸ ਵਿੱਚੋਂ ਪੇਪਰ ਹੱਲ ਕਰਦੇ ਹੋਏ ਕਾਬੂ ਕੀਤਾ। ਸ਼ਨਿਚਰਵਾਰ ਨੂੰ ਸੂਬੇ ਦੇ 1193 ਪ੍ਰੀਖਿਆ ਕੇਂਦਰਾਂ ਤੇ ਸਵੇਰੇ 9 ਵਜੇ ਤੋਂ 11 ਵਜੇ ਤੱਕ ਪ੍ਰੀਖਿਆ ਹੋਣੀ ਸੀ, ਪਰ ਪਹਿਲਾਂ ਹੀ ਪੇਪਰ ਲੀਕ ਹੋਣ ਕਰਕੇ RPSC ਨੇ ਪ੍ਰੀਖਿਆ ਰੱਦ ਕਰ ਦਿੱਤੀ ਹੈ। ਪੇਪਰ ਲੀਕ ਹੋਣ ਤੋਂ ਬਾਅਦ ਸੂਬੇ ਭਰ ਤੋਂ ਉਮੀਦਵਾਰਾਂ ਦੇ ਪ੍ਰਦਰਸ਼ਨ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ। ਉਦੈਪੁਰ ਜ਼ਿਲ੍ਹੇ ਦੇ SP ਵਿਕਾਸ ਸ਼ਰਮਾ ਨੇ ਕਿਹਾ ਕਿ ਸਾਨੂੰ ਲੰਘੀ ਰਾਤ ਹੀ ਇਨਪੁੱਟ ਮਿਲਿਆ ਸੀ, ਇਸ ਕਰਕੇ ਤੁਰੰਤ ਪੇਪਰ ਰੱਦ ਕਰਨਾ ਪਿਆ।
ਪੇਪਰ ਲੀਕ ਹੋਣ ਤੋਂ ਬਾਅਦ ਬੀਜੇਪੀ ਨੇ ਵੀ ਸਰਕਾਰ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ ਅਤੇ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਲੀਡਰ ਗੁਲਾਬ ਚੰਦ ਕਟਾਰੀਆ ਨੇ ਪੇਪਰ ਲੀਕ ਕਾਂਡ ਨੂੰ ਸਰਕਾਰ ਤੇ ਧੱਬਾ ਦੱਸਿਆ। ਇਸ ਮਾਮਲੇ ਦੇ ਵਿੱਚ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਟਵੀਟ ਕੀਤਾ ਕਿ ਬਦਕਿਸਮਤੀ ਦੇ ਨਾਲ ਦੇਸ਼ ਭਰ ਵਿੱਚ ਪੇਪਰ ਲੀਕ ਕਰਨ ਵਾਲੇ ਗਰੋਹ ਵਧੇ ਫੁੱਲੇ ਨੇ, ਜਿਸ ਕਰਕੇ ਕਈ ਸੂਬਿਆਂ ਦੇ ਵਿੱਚ ਪੇਪਰ ਲੀਕ ਕਰਨ ਵਾਲੀਆਂ ਘਟਨਾਵਾਂ ਵਾਪਰਦੀਆਂ ਨੇ। ਇੱਥੋਂ ਤੱਕ ਕਿ ਨਿਆਂਪਾਲਿਕਾ ਤੇ ਫੌਜ ਦੀਆਂ ਪ੍ਰੀਖਿਆਵਾਂ ਦੇ ਪੇਪਰ ਵੀ ਲੀਕ ਹੁੰਦੇ ਨੇ। ਕਿਸੇ ਵੀ ਨੌਜਵਾਨ ਨਾਲ ਕਹਿੰਦੇ ਅਸੀਂ ਬੇਇਨਸਾਫੀ ਨਹੀਂ ਹੋਣ ਦਿਆਂਗੇ, ਦੋਸ਼ੀਆਂ ਨੂੰ ਸਖ਼ਤ ਸਜ਼ਾ ਦਿਆਂਗੇ। ਅਮਰੀਕਾ ਤੋਂ ਇੱਕ ਵੱਡੀ ਖਬਰ ਹੈ, ਖਾਸ ਕਰਕੇ ਸਿੱਖਾਂ ਦੇ ਲਈ। ਇੱਥੋਂ ਦੀ ਸੰਘੀ ਅਪੀਲ ਅਦਾਲਤ ਨੇ ਫੈਸਲਾ ਸੁਣਾਇਆ ਕਿ ਅਮਰੀਕੀ ਮਰੀਨ ਕੋਰ ਦੇ ਵਿੱਚ ਹੁਣ ਸਿੱਖ ਦਾੜੀ ਵੀ ਰੱਖ ਸਕਦੇ ਨੇ ਅਤੇ ਦਸਤਾਰ ਵੀ ਸਜਾ ਸਕਦੇ ਨੇ, ਯਾਨੀ ਕਿ ਆਪਣੇ ਸਾਬਤ ਸੂਰਤ ਸਰੂਪ ਦੇ ਵਿੱਚ ਡਿਊਟੀ ਕਰ ਸਕਦੇ ਨੇ। ਡਿਸਟ੍ਰਿਕਟ ਆਫ ਕੋਲੰਬੀਆ ਦੇ ਸੰਘੀ ਅਪੀਲ ਅਦਾਲਤ ਦੇ ਜੱਜਾਂ ਨੇ ਸ਼ੁੱਕਰਵਾਰ ਨੂੰ ਸਿੱਖਾਂ ਤੇ ਅਜਿਹੀ ਪਾਬੰਦੀ ਨੂੰ ਰੱਦ ਕਰਦਿਆਂ ਇਸ ਨੂੰ ਧਾਰਮਿਕ ਆਜ਼ਾਦੀ ਦੀ ਉਲੰਘਣਾ ਦੱਸਿਆ। ਇਹ ਫੈਸਲਾ 3 ਸਿੱਖ ਮਰੀਨ ਕੋਰ ਦੇ ਵਿੱਚ ਭਰਤੀ ਹੋਣ ਤੋਂ ਬਾਅਦ ਆਇਆ ਹੈ। ਦਰਅਸਲ 3 ਸਿੱਖ ਆਕਾਸ਼ ਸਿੰਘ, ਜਸਕਿਰਤ ਸਿੰਘ ਅਤੇ ਮਿਲਾਪ ਸਿੰਘ ਚਾਲ ਨੇ, ਜਿਨ੍ਹਾਂ ਨੇ ਕੋਰ ਦੇ ਨਿਯਮ ਖਿਲਾਫ਼ ਅਦਾਲਤ ਦਾ ਦਰਵਾਜ਼ਾ ਖੜਕਾਇਆ ਸੀ, ਕਿਉਂਕਿ ਪਿਛਲੇ ਸਾਲ ਮਰੀਨ ਕਾਰਪਸ ਨੇ 13 ਹਫ਼ਤਿਆਂ ਦੀ ਮੁੱਢਲੀ ਸਿਖਲਾਈ ਦੇ ਸਮੇਂ ਦੌਰਾਨ 3 ਸਿੱਖਾਂ ਨੂੰ ਕੇਸ ਰੱਖਣ ਤੇ ਪੱਗ ਬੰਨ੍ਹਣ ਦੇ ਨਿਯਮਾਂ ਦੇ ਵਿੱਚ ਛੋਟ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਇਹਨਾਂ 3 ਨੇ ਅਪੀਲ ਕੀਤੀ ਸੀ ਕਿ ਉਹਨਾਂ ਨੂੰ ਆਪਣੇ ਸਿਰ ਦੇ ਕੇਸ, ਦਾੜੀ ਨੂੰ ਲੰਬੇ ਛੱਡਣ, ਖੁੱਲ੍ਹੀ ਛੱਡਣ, ਕੇਸਾਂ ਨੂੰ ਪੱਗ ਨਾਲ ਢੱਕਣ, ਦਸਤਾਰ ਬੰਨ੍ਹਣ ਅਤੇ ਕੜਾ ਪਹਿਨਣ ਦੀ ਇਜਾਜ਼ਤ ਹੈ ਜਿਹੜੀ ਉਹ ਦਿੱਤੀ ਜਾਣੀ ਚਾਹੀਦੀ ਹੈ। ਇਸ ਦੇ ਨਾਲ ਹੀ ਉਹ ਡਿਊਟੀ ਬੜੇ ਚੰਗੇ ਤਰੀਕੇ ਦੇ ਨਾਲ ਕਰ ਸਕਦੇ ਨੇ ਅਤੇ ਹੁਣ ਉੱਥੋਂ ਦੇ ਸਿੱਖਾਂ ਨੂੰ ਇਹ ਹੱਕ ਮਿਲ ਗਿਆ ਹੈ।